ਦਾ ਮਹਾਰਾਸ਼ਟਰ ਦਾ ਸਾਰਾ ਗੁਰਦੁਆਰਿਆਂ ਦਾ ਪ੍ਰਬੰਧ ਸਿੱਧਾ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੇ ਕੁਝ ਨਹੀਂ ਕਰ ਸਕਦੇ ਸਰਕਾਰਾਂ ਆਪਣੇ ਚੰਮ ਦੀਆਂ ਚਲਾ ਰਹੀਆਂ ਨੇ ਸਾਰਾ ਲਾਣਾ ਮਹਾਰਾਸ਼ਟਰ ਸਰਕਾਰ ਦਾ ਹੋਏਗਾ ਫਿਰ ਤੁਸੀਂ ਸੋਚ ਸਕਦੇ ਹੋ ਮਰਿਆਦਾ ਕਿੱਥੇ ਜਾਣੀ ਆ 85% ਤੋਂ ਵੱਧ ਕੁਰਬਾਨੀਆਂ ਇਸ ਧਰਤੀ ਨੇ ਦਿੱਤੀਆਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਤੇ ਆਜ਼ਾਦ ਭਾਰਤ ਦੇ ਵਿੱਚ ਅਸੀਂ ਗੁਲਾਮਾਂ ਨਾਲੋਂ ਬੱੱਤਰ ਰਹਿ ਰਹੇ ਹਾਂ ਪਰ ਮੈਂ ਪਹਿਲਾਂ ਵੀ ਕਹਿੰਦਾ ਤੁਹਾਡੀ ਔਕਾਤ ਨਹੀਂ ਸੀ ਪੰਜਾਬ ਦੀ ਜ਼ਮੀਨ ਦਾ ਮਾਲਕ ਬਣਨ ਦੀ ਠੀਕ ਹੈ ਜਿਹੜੇ ਬੇਚ ਕੇ ਬਾਹਰ ਚੱਲੇ ਹੋ ਇਹ ਹਜੂਰ ਸਾਹਿਬ ਬੋਰਡ ਭੰਗ ਕਰਕੇ 1956 ਐਕਟ ਖਤਮ ਕਰਕੇ ਇਹਨਾਂ ਨੇ ਨਵਾਂ ਪੰਗਾ ਛੇੜਿਆ ਆ ਤੇ ਉਹਦੇ ਵਿੱਚ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ ਸਰਕਾਰਾਂ ਆਪਣੇ ਚੰਮ ਦੀਆਂ ਚਲਾ ਰਹੀਆਂ ਨੇ ਸਾਰਾ ਸਾਰਾ ਹਜੂਰ ਸਾਹਿਬ ਵਾਲਦਾ ਮਹਾਰਾਸ਼ਟਰ ਦਾ ਸਾਰਾ ਗੁਰਦੁਆਰਿਆਂ ਦਾ ਪ੍ਰਬੰਧ ਸਿੱਧਾ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਸ਼ੁਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਨੋਟਿਸ ਤਾਂ ਲਿਆ ਆ ਬੋਲਿਆ ਆ ਤੇ ਦੇਖੋ ਕੀ ਬਣਦਾ ਆ ਕੀ ਨਹੀਂ ਬਣਦਾ ਜਿਹਨਾਂ ਦੇ ਹੱਥੋਂ ਐਸਡੀਐਮ ਖਤ ਨਹੀਂ ਲੈਂਦਾ ਐਸਡੀਐਮ ਟਾਈਮ ਨਹੀਂ ਦਿੰਦਾ ਮਹਾਰਾਸ਼ਟਰ ਦੇ ਉਹਨਾਂ ਨੇ ਸੀਐਮ ਨੂੰ ਲਿਖੀ ਆ ਚਿੱਠੀ ਕੜਰਾ ਨੋਟਿਸ ਲਿੱਤਾ ਜਾਵੇ ਇਸ ਚੀਜ਼ ਦਾ ਉਹ ਲੈਂਦੇ ਨੇ ਨਹੀਂ ਲੈਂਦੇ ਪਰ ਹੁਣ ਉੱਥੇ ਦੇ ਬੋਰਡ ਦੇ ਵਿੱਚ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਇੱਕ ਜਾਂ ਦੋ ਹੋਣਗੇ ਬਾਕੀ ਸਾਰਾ ਲਾਣਾ ਮਹਾਰਾਸ਼ਟਰ ਸਰਕਾਰ ਦਾ ਹੋਏਗਾ ਫੇਰ ਤੁਸੀਂ ਸੋਚ ਸਕਦੇ ਹੋ ਮਰਿਆਦਾ ਕਿੱਥੇ ਜਾਣੀ ਆ ਫੇਰ ਪਿੱਛੇ ਰੌਲਾ ਪਿਆ ਸੀ ਕਿ ਤੇ ਮਤਲਬ ਮੂੰਹ ਸਿਰ ਮੁੰਨੇ ਆ ਜਿਹਦਾ ਉਹਨੂੰ ਚੱਕ ਕੇ ਪ੍ਰਬੰਧਕ ਲਾਤਾ ਬਹੁਤ ਰੋੜਾ ਪਾਇਆ ਸੀ ਨਾ ਫੇਰ ਬਦਲਿਆ ਦੂਜਾ ਜਿਹੜਾ ਲਾਇਆ ਬੇਸ਼ਰ ਸਿਰ ਤੇ ਦਸਤਾਰ ਹੈ ਦਾੜੀ ਕੱਟਦਾ ਆ ਪੈਗ ਲਾਂਦਾ ਆ ਅੱਗੇ ਤੋਂ ਅੱਗੇ ਏਦਾਂ ਦੇ ਤੁਹਾਡੇ ਪ੍ਰਧਾਨ ਤੁਹਾਡੇ ਜਥੇਦਾਰ ਆਣੇ ਆ ਉਹ ਅਸੀਂ ਤੈਅ ਕਰਨਾ ਹੈ ਕਿ ਅਸੀਂ ਕੌਮ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਅਸੀਂ ਸਿੱਖੀ ਕੇਸਾਂ ਸਵਾਸਾ ਸੰਭਾਣੀ ਹੈ ਨਹੀਂ ਨਿਵਾਨੀ ਆ ਅਸੀਂ ਦੂਜੇ ਦੀਆਂ ਟੁਕੜੀਆਂ ਉੱਤੇ ਪਲਣਾ ਹੈ ਦੂਜਿਆਂ ਦੇ ਚੰਮ ਦੀਆਂ ਚੱਲਦੀਆਂ ਦੇਖਣੀਆਂ ਨੇ ਆਪਣੇ ਘਰਾਂ ਦੀਆਂ ਇੱਜ਼ਤਾਂ ਲੁੱਟਦੇ ਹੋਏ ਦੇਖਣੀਆਂ ਨੇ ਜਾਂ ਗੁਰੂ ਘਰ ਦੀਆਂ ਗੋਲਕਾਂ ਲੁੱਟਦੇ ਹੋਏ ਦੇਖਣੀਆਂ ਨੇ ਜੇ ਸਾਡੇ ਜ਼ਮੀਰ ਜਾਗਦੇ ਤਾਂ ਸਾਡਾ ਫਰਜ਼ ਬੰਦ ਹੈ ਅਸੀਂ ਆਪਣਾ ਆਪ ਪਛਾਣੀਏ ਸਾਡਾ ਫਰਜ਼ ਬੰਦਾ ਅਸੀਂ ਸੱਚਾਈ ਤੇ ਇਮਾਨਦਾਰੀ ਦੇ ਉੱਤੇ ਰਹੀਏ ਜੇ ਅਸੀਂ ਸੱਚਾਈ ਤੇ ਇਮਾਨਦਾਰੀ ਤੇ ਰਹਿੰਦੇ ਹੁੰਦੇ ਜੇ ਉਦੋਂ 47 ਦੇ ਵਿੱਚ ਮਾਸਟਰ ਤਾਰਾ ਸਿੰਘ ਬੇਵਕੂਫੀਆਂ ਨਾ ਕਰਦਾ ਤਾਂ ਸ਼ਾਇਦ ਆ ਸਰਹੱਦਾਂ ਵੀ ਨਾ ਖਿੱਚੀਆਂ ਗਈਆਂ ਹੁੰਦੀਆਂ ਜੇ ਜਿੰਨਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਨਾ ਕੀਤੀ ਗਈ ਹੁੰਦੀ ਤਾਂ ਸ਼ਾਇਦ ਆ ਸਰਹੱਦਾਂ ਨਾ ਖਿੱਚੀਆਂ ਗਈਆਂ ਹੁੰਦੀਆਂ ਜੇ ਸਾਨੂੰ 19 ਤੋਂ 30 ਦੇ ਵਿੱਚ ਹੀ ਪਤਾ ਹੁੰਦਾ ਕਿ ਮਾਸਟਰ ਤਾਰਾ ਸਿੰਘ ਨੂੰ ਪਾਕਿਸਤਾਨ ਤੋਂ ਪਹਿਲਾਂ ਹੀ ਨਹਿਰੂ ਤੇ ਗਾਂਧੀ ਚੱਕ ਕੇ ਲੈ ਕੇ ਆਏ ਨੇ ਸਿੱਖ ਕੌਮ ਦਾ ਘਾਣ ਕਰਨ ਵਾਸਤੇ ਮਤਲਬ ਬਾਪੂ ਖੜਕ ਸਿੰਘ ਦੀ ਥਾਂ ਦੇ ਉੱਤੇ ਰਿਪਰੈਜ਼ੈਂਟ ਕਰਨ ਵਾਸਤੇ ਜੇ ਸਾਨੂੰ ਪਤਾ ਹੁੰਦਾ ਸਾਡੇ ਆਗੂ ਦੱਸਦੇ ਤਾਂ ਸ਼ਾਇਦ ਅੱਜ ਸਿੱਖ ਕੌਮ ਦੇ ਜਿਹੜੇ ਰਾਜ ਭਾਗ ਦੇ ਕਦੇ ਵਾਰਸ ਸੀ ਜਿਹੜਾ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਦੀਆਂ ਯੂਨੀਵਰਸਿਟੀ ਚ ਪੜਾਇਆ ਜਾਂਦਾ ਜੇ ਤੁਸੀਂ ਨੈਟ ਤੇ ਸਰਚ ਮਾਰਦੇ ਹੋ ਕਿ ਵੈਸਟ ਕਿੰਗਡਮ ਆਫ ਦਾ ਵਰਲਡ ਤੇ ਨਿਕਲ ਕੇ ਆਉਂਦਾ ਮਹਾਰਾਜਾ ਰਣਜੀਤ ਸਿੰਘ ਦ ਬੈਸਟ ਕਿੰਗਡਮ ਆਫ ਦ ਵਰਲਡ ਅਸੀਂ ਉਸ ਰਾਜਪਾਗ ਦੇ ਵਾਰਸ ਆ ਪਰ 85% ਤੋਂ ਵੱਧ ਕੁਰਬਾਨੀਆਂ ਇਸ ਧਰਤੀ ਨੇ ਦਿੱਤੀਆਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਤੇ ਆਜ਼ਾਦ ਭਾਰਤ ਦੇ ਵਿੱਚ ਅਸੀਂ ਗੁਲਾਮਾਂ ਨਾਲੋਂ ਬੱੱਤਰ ਰਹਿ ਰਹੇ ਆ ਬੱਚੇ ਦੋ ਹੀ ਅੱਛੇ ਸੁਣ ਕੇ ਸਰਕਾਰਾਂ ਦੇ ਅਸੀਂ ਆਪਣੇ ਕੁੰਬੇ ਉਜਾੜਦੇ ਭਈਏ ਪੰਜਾਬ ਚ ਆ ਕੇ 18 18 ਬੱਚੇ ਜੰਮ ਰਹੇ ਆ ਸਾਢੇ ਤੋਂ ਦੋ ਨਹੀਂ ਸੰਭੇ ਜਾਂਦੇ ਅਸੀਂ ਆਪਣੀ ਪੀੜੀ ਆਪਣੀ نسل ਆਪ ਖਤਮ ਕਰ ਰਹੇ ਆ ਫੇਰ ਤੁਸੀਂ ਸੋਚਦੇ ਹੋ ਕਿ ਸਰਹੱਦਾਂ ਕਿਉਂ ਖਿੱਚੀਆਂ ਗਈਆਂ ਅਸੀਂ ਸੋਚਦੇ ਆਂ ਕਿ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਊਗਾ ਦੋ ਬੱਚੇ ਜੰਮ ਕੇ ਅਸੀਂ ਸੋਚਦੇ ਆਂ ਬਾਹਰ ਨੂੰ ਭੇਜ ਦਈਏ ਤੇ ਉਹਨਾਂ ਵਿੱਚੋਂ ਜੇ ਇੱਕ ਧੀ ਤੇ ਇੱਕ ਪੁੱਤ ਦੇ ਕੱਲ ਨੂੰ ਪੁੱਤ ਨੂੰ ਕੁਝ ਹੋ ਗਿਆ ਤੇ ਫਿਰ ਮਾਪੇ ਜਿਉਂਦੇ ਜੀ ਉਦਾਂ ਹੀ ਮਰ ਜਾਂਦੇ ਆ ਸੋ ਮੈਂ ਉਹੀ ਬੇਨਤੀਆਂ ਕਰਦਾ ਕਿ ਜਵਾਕ ਜੰਮਣੇ ਆ ਵੱਧ ਜਮਲੋ ਜੇ ਜਾਨਵਰਾਂ ਦੇ ਪਾਲ ਜਾਂਦੇ ਤੁਸੀਂ ਤਾਂ ਫੇ ਵੀ ਦਿਮਾਗ ਵਾਲੇ ਹੋ بڑے ਜਾਣੇ ਨਾਲ ਮੇਰੀ ਡਿਸਕਸ਼ਨ ਹੋਈ ਕਹਿੰਦੇ ਨਹੀਂ ਜੀ ਦੋ ਬਹੁਤ ਨੇ ਦੋ ਬਹੁਤ ਨੇ ਅੱਜ ਸਵੇਰੇ ਹੀ ਆਂਦੇ ਹੋਏ ਕਿਸ ਨੇ ਪ੍ਰੋਮਿਸ ਕਿਸ ਤੋਂ ਦਿੱਤਾ ਕਹਿੰਦਾ ਵੀ ਹਾਂ ਮੈਂ ਹੁਣ ਜਦੋਂ ਤੱਕ ਹਿੰਮਤ ਹੈਗੀ ਆ ਹਿੰਮਤ ਮਾਰਾਂਗਾ ਸੋ ਤੁਸੀਂ ਕਿਉਂ ਸਾਡੇ ਮਾਪਿਓਂ ਵੱਲ ਦੇਖ ਲਓ ਸੱਤ-ਸੱਤ ਅੱਠ-ਅੱਠ ਭੈਣ ਭਰਾ ਘਰ ਦੇ ਵਿੱਚ ਹੁੰਦੇ ਸੀ ਸਾਨੂੰ ਕਿਉਂ ਮੌਤ ਪੈ ਗਈ ਕਿਉਂਕਿ ਸਾਡੇ ਦਿਮਾਗ 'ਚ ਸਰਕਾਰਾਂ ਨੇ ਪੂਸਾ ਭਰਤਾ ਕਿਉਂਕਿ ਸਿੱਖ ਕੌਮ ਤੋਂ ਉਹਨਾਂ ਨੂੰ ਖਤਰਾ ਆਇਆ ਸਿੱਖ ਕੌਮ ਦੇ ਦਿਮਾਗ 'ਚ ਭਰ ਦਿੱਤਾ ਕਿ ਬੱਚੇ ਪਾਲਣੇ ਤਾਂ ਬਹੁਤ ਔਖੇ ਆ ਪੰਜਾਬ ਤਾਂ ਗੰਦ ਹੋ ਗਿਆ ਆ ਪੰਜਾਬ 'ਚ ਰਹਿਣਾ ਬਹੁਤ ਔਖਾ ਆ ਕਮਾ ਕੇ ਕਿੱਥੋਂ ਖਾ ਲੋਗੇ ਤੁਸੀਂ ਤਾਂ ਇੱਕ ਇੱਕ ਵੀ ਜਿਹੜਾ ਉਹ ਵੀ ਅਸੀਂ ਫਲਾਈਟਾਂ ਉੱਫੜਾ ਕੇ ਬਾਹਰ ਭੇਜਦੇ ਆ ਅਗਰ ਪੰਜਾ ਪੰਜਾ ਕਿੱਲੇ ਨੇ ਅਸੀਂ ਉਹ ਵੇਚ ਕੇ ਬਾਹਰ ਭੇਜ ਦਿਆਂ ਪਰ ਮੈਂ ਪਹਿਲਾਂ ਵੀ ਕਹਿੰਦਾ ਤੁਹਾਡੀ ਔਕਾਤ ਨਹੀਂ ਸੀ ਪੰਜਾਬ ਦੀ ਜ਼ਮੀਨ ਦਾ ਮਾਲਕ ਬਣਨ ਦੀ ਠੀਕ ਹੈ ਜਿਹੜੇ ਵੇਚ ਕੇ ਬਾਹਰ ਚੱਲੇ ਹੋ ਬਾਹ ਬੰਦਾ ਸਿੰਘ ਬਹਾਦਰ ਨੇ ਇਸ ਜ਼ਮੀਨ ਨੂੰ ਜਿੱਤ ਕੇ ਸਾਨੂੰ ਰਾਜਾ ਬਣਾਇਆ ਸੀ ਜ਼ਮੀਨਾਂ ਦਾ ਤੇ ਇਸ ਜ਼ਮੀਨ ਦਾ ਮੁੱਲ ਖੱਟ ਕੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਤੜ ਤੋਂ ਵੱਡਾ ਅਕਿਰਤ ਕਰਨ ਕੋਈ ਨਹੀਂ ਹੈ ਸੋ ਮੈਂ ਇਹੀ ਕਹਾਂਗਾ ਆਪਣੇ ਆਪ ਨੂੰ ਪਛਾਣੋ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰੋ ਜਿਹੜੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ ਜਿਨ੍ਹਾਂ ਦੇ ਬੱਚੇ ਬਾਹਰ ਨੇ ਮੈਂ ਉਹਨਾਂ ਨੂੰ ਵੀ ਕਹਾਂਗਾ ਬਾਹਰ ਰਹੋ ਰਾਜ ਰਜ ਕਮਾਈਆਂ ਕਰੋ ਜੇ ਕੁਝ ਪੰਜਾਬ ਨੂੰ ਦੇਣਾ ਹੈ ਤੁਸੀਂ ਉਸ ਗੁਰੂਆਂ ਦੀ ਧਰਤੀ ਨੂੰ ਕੁਝ ਦੇਣਾ ਹੈ ਜੇ ਤੁਸੀਂ ਉਸ ਬਾਬੇ ਨਾਨਕ ਦੇ ਪੁੱਤ ਆਪਣੇ ਆਪ ਨੂੰ ਸਮਝਦੇ ਹੋ ਕਲਗੀਧਰ ਦੇ ਪੁੱਤ ਆਪਣੇ ਆਪ ਨੂੰ ਸਮਝਦੇ ਹੋ ਤਾਂ ਹਿੰਮਤ ਰੱਖੋ ਪੰਜਾਬ ਦਾ ਚੱਪਾ-ਚੱਪਾ ਖਰੀਦਣ ਦਾ ਸਰਕਾਰਾਂ ਪੰਜਾਬ ਦੀ ਜ਼ਮੀਨ ਅੰਨੇ ਵਾ ਖਰੀਦ ਰਹੀਆਂ ਨੇ ਤੇ ਉਹਨਾਂ ਨੇ ਇੱਕ ਦਿਨ ਉਹ ਲਿਆ ਦੇਣਾ ਪੰਜਾਬੀ ਬੋਲਦੇ ਇਲਾਕੇ ਨੂੰ ਹਿੰਦੀ ਬੋਲਦੇ ਇਲਾਕੇ 'ਚ ਕਨਵਰਟ ਕਰ ਦੇਣਾ 4% ਦਾ ਫਰਕ ਰਹਿ ਗਿਆ ਹੈ ਹੋਰ 4 ਸਾਲਾਂ ਨੂੰ ਉਹ ਵੀ ਫਰਕ ਮੁੱਕ ਜਾਣਾ ਫਿਰ ਕਹਿ ਲਿਓ ਇਹ ਪੰਜਾਬ ਹੈ ਜੀ ਪੰਜਾਬੀ ਬੋਲਦਾ ਨਹੀਂ ਰਹਿਣਾ ਹਿੰਦੀ ਬੋਲਦਾ ਕਰ ਦੇਣਾ ਜਿੰਨੇ ਆਹ ਬੋਰਡ ਤਖਤੀਆਂ ਪੰਜਾਬੀ ਦੇ ਵਿੱਚ ਲੱਗੀਆਂ ਤੁਹਾਨੂੰ ਉੱਤੇ ਦਿਖ ਰਹੀਆਂ ਨੇ ਇੰਗਲਿਸ਼ ਤੇ ਪੰਜਾਬੀ ਉੱਤੇ ਵੀ ਇੰਗਲਿਸ਼ ਤੇ ਹਿੰਦੀ ਰਹਿ ਜਾਣੀਆਂ ਪੰਜਾਬੀ ਨਹੀਂ ਰਹਿਣੀ ਉਹਨੇ ਕਿ ਇਲਾਕਾ ਹੀ ਹੈ ਨਹੀਂਗਾ ਪੰਜਾਬੀ ਬੋਲਦਾ ਸੋ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਚੜ੍ਹਦੀ ਕਲਾ ਚ ਰਹੋ ਹੱਸਦੇ ਵਸਦੇ ਰਹੋ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਦਾ ਮਾਦਾ ਰੱਖਿਆ ਕਰੋ ਤੇ ਨੀਚੇ ਕਮੈਂਟ ਜ਼ਰੂਰ ਕਰਦਿਆ ਕਰੋ ਪ੍ਰੋਗਰਾਮ ਕਿਤਨਾ ਲੱਗਿਆ ਸ਼ੇਅਰ ਕਰਦਿਆ ਕਰੋ ਜਿਹੜਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਮੈਂਬਰਸ਼ਿਪ ਲੈ ਲਿਆ ਕਰੋ ਜਿਹਨਾਂ ਨੂੰ ਲੋੜ ਹੁੰਦੀ ਹੈ ਦਿਓ ਇਜਾਜ਼ਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ